ਅਸਲਾਮ ਵਾਲੇਕੁਮ ਜੀ, ਵੈਲਕਮ ਟੂ ਐਨ ਅਦਰ ਵਲੌਗ ਏ ਬੀ ਬਾਈ। ਹਾਂਜੀ ਵੀਵਰ, ਕੀ ਹਾਲ ਚਾਲ ਨੇ? ਉਮੀਦ ਕਰਤਾ ਵੀ ਖੈਰ ਕਰਤਾ ਨਾਲ ਉਸ ਤੱਲਾ ਦੇ ਫਜ਼ਲ ਕਰਮ ਔਰ ਸ਼ੁਕਰ ਨਾ ਜਨਾ, ਮੈਂ ਵੀ ਖੈਰ ਕਰਤਾ ਨਾਲ ਹਾਂ। ਤਾਂ ਅੱਜ ਦਾ ਮਜ਼ੇਦਾਰ ਵਲੌਗ ਕਰਨੇ ਸ਼ੁਰੂ ਕਰਨ ਤੋਂ ਪਹਿਲੇ ਲਾਈਕ ਸ਼ੇਅਰ ਕਮੈਂਟ ਔਰ ਸਬਸਕ੍ਰਾਈਬ ਜ਼ਰੂਰ ਕਰ ਲਵੇ। ਤਾਂ ਅੱਜ ਦਾ ਮਜ਼ੇਦਾਰ ਵਲੌਗ ਕਰਨਾ ਹੈ ਜੀ, ਸ਼ੁਰੂ ਜਨਾਬ। ਹਾਂਜੀ ਸਰਕਾਰ, ਤੁਹਾਨੂੰ ਕਿਹਾ ਸੀ ਨਾ ਕਿ ਅਸੀਂ ਇਹ ਰੋਤ ਵਾਲੀ ਜਗ੍ਹਾ ਵੀ ਗੱਡ ਦੇਣੀ ਹੈ, ਅਸੀਂ ਇੱਕ ਤੀਲਾ ਵੀ ਨਹੀਂ ਛੱਡਣਾ ਪਿੱਛਾ ਜਗ੍ਹਾ ਦਾ, ਠੀਕ ਹੈ ਨਾ? ਇਹ ਜੀ ਜਨਾਬ, ਇੱਥੇ ਦੜ ਰੱਖੀ ਹੋਈ ਹੈ ਰਫਾਡ ਵਾਲੀ, ਇਹ ਹੁਣ ਜਨਾਬ ਫਿਰਨਾ ਸ਼ੁਰੂ ਕਰ ਦਿੱਤਾ ਹੈ। ਅਤੇ ਬਸ ਥੋੜ੍ਹਾ ਬਹੁਤ ਰਹਿ ਗਿਆ ਤਾਂ ਵਿਚਲੇ ਸਨ, ਕਿਲੇ ਦੇ ਵਿਚਲੇ ਸਨ ਨਹੀਂ, ਰੋਤ ਹੈ ਕਿਲੇ ਦੇ ਇਦੋਂ ਆਦੋਂ ਅਸੀਂ ਸਾਰੀ ਗੱਡ ਦਿੱਤੀ ਹੈ। ਕੋਈ ਵਿੱਚ ਜਰੀ ਬੋਰੀ ਰੋਤ ਉਹ ਪਈ ਹੋਈ ਹੈ ਜਨਾਬ, ਅਤੇ ਉਹ ਵੀ ਮਤਲਬ ਜਿਹੜਾ ਨਾ ਉਹ ਵਿੱਚ ਪੱਟ ਲਵਾਂਗੇ। ਉਹ ਰੋਤ ਥੋੜ੍ਹੀ ਠੱਲੀ ਹੈ ਵੀ ਜਿਹੜਾ ਨਾ ਕਿਤੇ ਰੋਤ ਥੋੜ੍ਹ ਨਾ ਜਾਵੇ, ਉਹਦੀ ਵਜ੍ਹਾ ਤੋਂ ਠਾਲ ਦਿੱਤੀ ਹੈ। ਅਤੇ ਡਰਾਈਵਰ ਸਾਹਿਬ ਨੂੰ ਕਿਹਾ ਵੀ ਅੱਜ ਤੂੰ ਰਫਾਡ ਅੱਗੇ ਅਤੇ ਟਰੈਕਟਰ ਦੁਆਇਆ, ਅਤੇ ਟਰੈਕਟਰ ਦੁਆਵਣ ਦੇ ਵਿੱਚ ਮੁੜ ਉਹ ਰਫਾਡ ਗਤਨਾ ਥੋੜ੍ਹਾ ਜਿਹਾ ਔਖਾ ਹੋਇਆ ਖੜਾ। ਮੈਂ ਆਖਿਆ ਵੀ ਨਹੀਂ ਯਾਰ, ਗਤਨਾ ਚਾਹੀਦਾ ਰਫਾਡ ਜਨਾਬ। ਅੱਜ ਫਿਰ ਅਸਾਂ ਆਖਿਆ ਵੀ ਚਲੋ ਤਾਂ ਹੋਰ ਦੁਆ ਲਵਾਂਗੇ, ਲੇਕਿਨ ਇਹ ਕਿਲਾ ਜਿਹੜਾ ਨਾ ਆਪਾਂ ਰੂਟਾਂ ਨਾਲ ਹੀ ਰਫਾਡ ਠੋਕਣਾ, ਐਵੇਂ ਨਹੀਂ ਠੋਕਣਾ ਜਨਾਬ। ਚੈੱਕ ਕਰ ਲਓ ਜੀ, ਫੁੱਲ ਪ੍ਰੋਟੋਕੋਲ ਨਾਲ ਰਫਾਡ ਫਿਰ ਰਿਹਾ। ਤਾਂ ਮੇਨ ਐਂ ਹੋਈ ਜਾ ਰਹੀ, ਤਾਂ ਮੇਨ ਅਲੱਗ ਸਹੀ ਤਰੀਕੇ ਨਾਲ ਬਣੀ ਹੋਈ ਵੀ ਕੋਈ ਨਹੀਂ ਹੈ, ਤਾਂ ਮੇਨ ਐਂ ਹੋਈ ਜਾ ਰਹੀ ਹੈ ਜਿਵੇਂ ਆਟਾ ਹੈ। ਉਹ ਚੈੱਕ ਕਰ ਲਓ ਜੀ, ਬਿਲਕੁਲ ਆਟਾ ਹੈ, ਲੰਬੀਂਦੀ ਜਾਂਦੀ ਹੈ, ਇਹ ਲਿੰਬ ਛੱਡਦਾ ਨਾਲੋ ਨਾਲ, ਅਸੀਂ ਚੱਸ ਨਾਲ ਬਣਾਉਂਦਾ ਨਾ ਵੇਖਰ ਦੀ ਜ਼ਮੀਨ, ਅਸੀਂ ਉਹ ਆਂਦੇ ਨਾਲ ਦੂੜੋ ਧੂੜ ਹੋ ਜਾਂਦੀ ਹੈ, ਗੱਟਾ ਘੱਟ ਹੋ ਜਾਂਦੀ ਜਨਾਬ। ਚੈੱਕ ਕਰੋ ਡਰਾਈਵਰ, ਫੁੱਲ ਉਹ ਆਂਦੇ ਨਾ ਪ੍ਰੋਟੋਕੋਲ ਵਾਲਾ ਹੈ ਜਨਾਬ, ਵੱਲ ਜਿਹੜਾ ਨਾ ਹੁਣ ਇੱਕ ਡਰਾਈਵਰ ਹੁੰਦਾ ਕੱਚਾ ਖਿਡਕਾਰੀ, ਕੱਚਾ ਖਿਡਕਾਰੀ ਨਹੀਂ ਜਨਾਬ, ਫੁੱਲ ਪੱਕਾ ਖਿਡਕਾਰੀ ਹੈ ਡਰਾਈਵਰ ਵੀ। ਅਤੇ ਉਹ ਰੋਤ ਸਾਡੀ ਖੜੀ ਹੋਈ ਹੈ ਜਿਹੜੀ ਆਪਾਂ ਹੁਣ ਕਣਕ ਤੋਂ ਬਾਅਦ ਬੀਜਣੀ, ਇਹ ਆਪਣੀ 123 ਖੜਾ ਹੋਇਆ ਵੀ, ਇਹ ਦਿਨ ਬ ਦਿਨ ਹੁਣ ਜਿਹੜਾ ਨਾ ਉਹਨਾਂ ਨੂੰ ਵੱਡਾ ਹੋਇਆ ਜਾ ਰਿਹਾ, ਕਿਉਂਕਿ ਹੁਣ ਗਰਮੀ ਹੈ, ਅਗਲੀ ਰੋਤ ਆਪਣੀ ਲੇਟ ਤਿਆਰ ਹੋਈ ਹੈ, ਹੁਣ ਵਾਲੀ ਰੋਤ ਜਿਹੜੀ ਹੈ ਨਾ ਗਰਮੀ ਦੀ ਵਜ੍ਹਾ ਨਾਲ ਹੁਣ ਆਪਣਾ ਜਲਦੀ ਤਿਆਰ ਹੋ ਰਹੀ ਹੈ। ਇਸ ਰੋਤ ਨੂੰ ਅਜੇ ਤੀਕਰ ਅਸਾਂ ਕੋਈ ਖਾਦ ਨਹੀਂ ਲਾਈ, ਕੋਈ ਕੁਝ ਨਹੀਂ ਕੀਤਾ, ਵੇਖ ਲਓ ਟਾਈਮ ਨਾਲ ਨਿਕਲਣੀ ਸ਼ੁਰੂ ਹੋ ਗਈ ਹੈ। ਜਿਹੜੀ ਪਿਛਲੀ ਰੋਤ ਆਈ ਉਹਨੂੰ ਤਾਂ ਲਾਇਆ ਹੀ ਬੜਾ ਕੁਝ ਆ, ਅਤੇ ਉਹ ਨਹੀਂ ਬਸ ਤਿਆਰ ਹੋਈ ਟਾਈਮ 'ਤੇ ਇਹ ਰੋਤ ਵਾਲੀ ਕਿਆਰੀ ਵਿੱਚ ਹੀ ਮੈਂ ਖੜੀ ਰਸੀ, ਅਤੇ ਇਹ ਜੇ ਆਪਾਂ ਚਾਰੋਂ ਤਰਫ ਇਹਨੂੰ ਵਿਛਲੇ ਸਨ ਰੋਤ, ਉਹ ਸੀ ਤਾਂ ਇੱਦਾਂ ਦੇ ਆਪਾਂ ਦਾਈ ਲਾ ਦੇਣੇ। ਚੈੱਕ ਕਰ ਲਓ ਜੀ, ਇਹ ਵੇ ਦੋ ਕੁ ਨਾਲੀ ਰੋਤ ਹੈ, ਇੱਦਾਂ ਵੀ ਦਾਈ ਆਉਣਗੇ, ਇੱਦਾਂ ਵੀ ਦਾਈ ਆਉਣਗੇ, ਅਤੇ ਉੱਦਾਂ ਵੀ ਦਾਈ ਆਉਣਗੇ। ਵਿਛਲੇ ਸਨ ਆਪਾਂ ਰੋਤ ਵਾਲੀ ਛੱਡ ਦੇਣੀ ਹੈ, ਕਿਉਂਕਿ ਜਿਹੜਾ ਨਾ ਵੀਵਰ ਰੋਤ ਬੜੀ ਮਹਿੰਗੀ ਆਈ, ਅਗਰ ਅਸੀਂ ਇੱਥੇ ਨਾ ਗੱਡੀਆ ਵਿਹਲੀ ਤਾਂ ਇਹ ਵੀ ਪਈ ਰਵੇ ਆਈ, ਲੇਕਿਨ ਰੋਤ ਸਾਰੀ ਜ਼ਾਇਆ ਹੋਵੇ ਆਈ ਸਾਡੀ, ਕੁਝ ਰੋਤ ਸਾਡੀ ਉਹ ਖੜੀ ਹੋਈ ਹੈ, ਕੁਝ ਅਸਾਂ ਪੱਠ 'ਤੇ ਤਾਂ ਉਹ ਰੱਖੀ ਹੋਈ ਹੈ। ਉਹ ਚੈੱਕ ਕਰ ਲਓ, ਉਹ ਪਈ ਹੋਈ ਹੈ ਰੋਤ ਸਾਹਮਣੇ ਵਾਲੀ, ਅਤੇ ਪਾਣੀ ਹੁਣ ਅਸੀਂ ਰਫਾਡ ਦਾ ਛੱਡ ਦਿੱਤਾ, ਫੁੱਲ ਹੋ ਗਿਆ ਰਫਾਡ ਆ ਦੇਲੂ, ਇਹਦੇ 'ਚ ਹੁਣ ਘਲ ਦਾਈ ਲੱਗਣੇ ਸ਼ੁਰੂ ਹੋ ਜਾਣਗੇ, ਅਤੇ ਇਹ ਹੁਣ ਆਪਣੀ ਰੋਤ ਬਿਲਕੁਲ ਲੋਕੇ ਖੜੀ ਹੋਈ ਹੈ, ਅਤੇ ਉਹ ਵਿੱਚ ਕੋਈ ਜਰੀ ਖੜੀ ਆਈ ਰੋਤ। ਉਹ ਮੈਂ ਕਿਹਾ ਵੀ ਇਹਨੂੰ ਨਾ ਰਫਾੜੇ ਫੇਰੇ, ਜੇ ਰੋਤ ਥੋੜ੍ਹ ਗਈ ਫਿਰ ਆਪਾਂ ਇੱਥੋਂ ਪੱਟ 'ਤੇ ਅਤੇ ਇਹ ਲਾ ਦੇਵਾਂਗੇ ਜਨਾਬ। ਅਤੇ ਬਾਕੀ ਜ਼ਮੀਨ ਖੁਦ ਡਰਾਈਵਰ ਨੇ ਲੈਵਲ ਕੀਤੀ, ਅਸੀਂ ਜ਼ਮੀਨ ਕੀ ਇਹ ਜਿਹੜੀ ਲੈਵਲ ਕੋਈ ਨਹੀਂ ਹੋਈ, ਉਹਨੂੰ ਮੈਂ ਆਖਿਆ ਵੀ ਤੂੰ ਰਫਾੜ ਨਾਲ ਹੀ ਲੈਵਲ ਕਰਨੀ ਹੈ, ਜੇ ਤੂੰ ਵੇਖੀ ਵੀ ਜ਼ਿਆਦਾ ਹੈ ਚੈੱਕ ਕਰ ਲਓ ਜੀ, ਆਹ ਜਰੀ ਖੜੀ ਹੋਈ ਹੈ। ਮੈਂ ਆਖਿਆ ਵੀ ਰੋਤ ਥੋੜ੍ਹ ਵੀ ਸਕਦੀ ਹੈ ਨਾ, ਫਿਰ ਇੱਥੋਂ ਪੱਟ ਲਵਾਂਗੇ ਰੋਤ। ਬਾਕੀ ਉਹਨੇ ਸਾਰੀ ਜਿਹੜੀ ਜ਼ਮੀਨ ਹੈ ਨਾ ਉਹ ਰਫਾਡ ਨਾਲ ਹੀ ਲੈਵਲ ਕੀਤੀ ਜੀ ਜਨਾਬ। ਇਹ ਜਨਾਬ ਵੱਡੇ ਦੀ ਡੇਟ ਦੇ ਵਿੱਚ ਇਹ ਆਪਣਾ ਮੁਕੰਮਲ ਹੋ ਜਾਵੇਗਾ ਕੰਮ, ਵੱਡੇ ਸਾਨੂੰ ਜਿਹੜਾ ਨਾ ਕਣਕ ਨੂੰ ਵੀ ਪ੍ਰੈਸ਼ਰ ਲੱਗਣੀ ਹੈ,
ਅਤੇ ਫਿਰ ਉਹਦੇ ਵੀ 300 ਰੁਪਇਆ ਨਾਲ ਰੈਪਰ ਲੱਗਣੀ ਹੈ, ਫਿਰ ਉਹਦੇ ਵੀ ਸਾਡਾ ਹੋਣਾ ਬਹੁਤ ਜ਼ਰੂਰੀ ਹੈ ਜਨਾਬ। ਬਾਕੀ ਇਹ ਦੱਸਣਾ ਵੀ ਇਹ ਰੋਤ ਆਪਣੀ ਕੈਸੀ ਖੜੀ ਹੋਈ ਜਨਾਬ, ਬਿਲਕੁਲ ਓਕੇ ਕੰਡੀਸ਼ਨ ਵਿੱਚ ਹੈ ਕਿ ਨਹੀਂ ਹੈ, ਅਗਰ ਹੈ ਤਾਂ ਯਸ ਲਾਜ਼ਮੀ ਲਿਖਿਆ ਹੈ। ਔਰ ਯਾਰ ਸਬਸਕ੍ਰਾਈਬ ਜ਼ਰੂਰ ਕੀਤਾ ਕਰੋ ਯਾਰ, ਤੁਸੀਂ ਸਬਸਕ੍ਰਾਈਬ ਨਹੀਂ ਕਰ ਰਹੇ ਨੇ, ਤੁਹਾਡਾ ਬਾਈ ਦਾ ਜਿਹੜਾ ਨਾ ਮਾਇੰਡ ਤੁਹਾਡੇ ਕਾਵੜ ਬੜੀ ਚਿੜਦੀ ਮੈਨੂੰ ਵੀ ਯਾਰ, ਤੁਸੀਂ ਵਹਿੰਦੇ ਵੀ ਨੇ, ਕਮੈਂਟ ਵੀ ਨਹੀਂ ਕਰਦੇ ਨੇ, ਲਾਈਕ ਵੀ ਨਹੀਂ ਕਰਦੇ ਨੇ ਅਤੇ ਸਬਸਕ੍ਰਾਈਬ ਵੀ ਨਹੀਂ ਕਰਦੇ ਨੇ। ਕਮ ਅਜ਼ ਕਮ ਜਿਹੜੇ ਬੰਦੇ ਮੈਨੂੰ ਵਹਿੰਦੇ ਨੇ ਉਹ ਯਾਰ ਕੋਈ ਥੋੜ੍ਹੀ ਜਿਹੀ ਹੌਸਲਾ ਅਫਜ਼ਾਈ ਤਾਂ ਕੀਤੀ ਕਰੋ ਯਾਰ, ਅਫਸੋਸ ਹੈ ਵੈਸੇ ਤੁਹਾਡੇ 'ਤੇ। ਅਤੇ ਬਾਕੀ ਇਹ ਤਾਂ ਫਿਰ ਹੁਣ ਗੱਡਿਆ, ਮੈਂ ਕਿਹਾ ਵਿਵਰਨ ਦੱਸ ਲਵਾਂ ਤਾਂ ਸਾ ਉਹ ਅਗਲੇ ਦਿਨ ਇੱਕ ਬਾਈ ਨੇ ਕਮੈਂਟ ਕੀਤਾ ਸੀ ਵੀ ਇਹ ਰੋਤ ਬੱਚੀ ਤਾਂ ਤੁਸੀਂ ਕੀ ਕਰੋਗੇ, ਮੈਂ ਮੁੜ ਆਖਿਆ ਵੀ ਤੁਹਾਨੂੰ ਮੈਂ ਦੱਸਾਂਗਾ ਮੈਂ ਕੀ ਕਰਾਂਗਾ, ਅੱਜ ਜਨਾਬ ਅਸਾਂ ਰੋਤ ਬਚਣ ਹੀ ਨਹੀਂ ਦਿੱਤੀ। ਜਿਹੜੀ ਯਰੀ ਬੋਰੀ ਬੱਚੀ ਹੈ ਨਾ, ਕੋਈ ਮਰਲਿਆਂ ਦੇ ਹਿਸਾਬ ਵਿੱਚ ਕੋਈ ਮਤਲਬ ਥੋੜ੍ਹੀ ਥੋੜ੍ਹੀ ਬੱਚੀ, ਜ਼ਿਆਦਾ ਨਹੀਂ ਬਚਣ ਦਿੱਤੀ, ਅਸੀਂ 3 ਮਰਲੇ ਦੇ ਹਿਸਾਬ ਨਾਲ ਲਵਾਈ ਹੈ, ਉਹ ਪਈ ਹੋਈ ਹੈ। ਇਹ ਵੀ ਬੱਚੀ ਹੈ ਥੋੜ੍ਹੀ ਜਿਹੀ ਮਾਮੂ ਆਲੂ, ਅਸੀਂ ਤਾਂ ਆਲੂ ਟੋਟਲ ਲਾਈਏ, ਕੋਈ ਮਾਮੂ ਦੇ ਆਲੂ ਆਖੀ ਦਾਈਆਂ 123, ਉਹਨੇ ਜਿਹੜਾ ਨਾ ਕੋਈ ਥੋੜ੍ਹੀ ਬਹੁਤੀ ਬਚਾਈ ਹੈ ਅਤੇ ਉਹ ਅਸੀਂ ਆਖਿਆ ਪਾਠਸੇ ਉੱਥੇ ਰੱਖੋ ਚਾ, ਕੁਝ ਉਹਨੇ ਸੇਲ ਕਰ ਦਿੱਤੀ ਹੈ, ਕੁਝ ਬਚ ਗਈ ਜਨਾਬ, ਅਸੀਂ ਆਖਿਆ ਵੀ ਇਹ ਰੱਖ ਦਿਓ, ਇਹ ਹੁਣ ਅਸੀਂ ਜਿਹੜਾ ਨਾ ਆਪ ਲਵਾ ਲਵਾਂਗੇ। ਹਾਂਜੀ ਜਨਾਬ ਵੈਲਕਮ ਬੈਕ ਹੋ ਗਿਆ ਜੀ। ਹਾਂਜੀ ਰਫਾੜ ਫੇਰਨ ਤੋਂ ਬਾਅਦ ਟਰੈਕਟਰ ਸ਼ਰੀਫ ਹੋਈ ਇੱਥੇ ਦੂਈਵਣ ਆ ਗਏ ਹਨ, ਅਤੇ ਵੈਸੇ ਅਗਰ ਅਸੀਂ ਉੱਥੇ ਲੈ ਜਾਵੀਏ ਡੱਗ 'ਤੇ ਤਾਂ 1000 ਰੁਪਈਆ ਮੇਰਾ ਖਿਆਲ ਹੈ ਵੀ ਪੱਕਾ ਹੈ, 1000 ਰੁਪਈਆ ਪੱਕਾ ਹੈ, ਅਤੇ ਤਰਲਾ ਹੀ ਹੋਈ ਮਾਰਿਆ, ਤੁਹਾਨੂੰ ਪਤਾ ਮੁੜਜ਼ਮੀਦਾਰ ਬੰਦਾ ਤਰਲਾ ਹੀ ਮਾਰ ਸਕਦਾ ਹੈ ਵੀ ਚਲੋ ਇੱਥੇ ਘਰ ਦੇ ਘਰੀਂ ਜਿਹੜਾ ਨਾ ਕੋਈ ਬਿਜਲੀ ਦਾ 1-2 ਯੂਨਿਟ ਸੜ ਜਾਵੇ, ਹੈ ਤਾਂ ਇੱਥੇ ਹੀ ਆਈ ਜਿਹੜਾ ਨਾ ਸਾਰਾ ਕੰਮ ਹੋ ਜਾਵੇ ਸਫਾਈ ਸਫੂਈ, ਅਤੇ ਰੂਟੇ ਨੂੰ ਫਿਰ ਧੋਣਾ ਮਜਬੂਰੀ ਹੁੰਦੀ ਕਿਉਂਕਿ ਇਹਨੂੰ ਜਿਹੜਾ ਨਾ ਰੰਗ ਬਹੁਤ ਜਲਦੀ ਲੱਗ ਜਾਂਦਾ, ਨਾਲੇ ਇਹਦੀਆਂ ਅਸੀਂ ਛੁਰੀਆਂ ਜਿਹੜੀਆਂ ਨਾ ਉਹ ਨਵੀਆਂ ਪਵਾਈਆਂ, ਅਤੇ ਛੁਰੀਆਂ ਜਿਹੜੀਆਂ ਹਨ ਅਗਰ ਨਵੀਆਂ ਪੈ ਜਾਵੇ ਤਾਂ ਮੁੜ ਜਿਹੜਾ ਨਾ ਹਿਫਾਜ਼ਤ ਕਰਨੀ ਚਾਹੀਦੀ ਹੁੰਦੀ ਹੈ ਹਿਸਾਬ ਦੀ, ਇਹ ਬੜਾ ਇੱਕ ਇੱਕ ਚੀਜ਼ ਬੜੀ ਮਹਿੰਗੀ ਹੈ ਜਨਾਬ। ਅਤੇ ਸਵਾਰ ਅਤੇ ਠੁਮੀ ਆਹ ਸਭ ਸਾਫ ਕਰੀ, ਹਾਂ ਅਤੇ ਟਰੈਕਟਰ ਵੀ ਸਾਡਾ ਫੁੱਲ ਹੀ ਹੈ ਧੋਤਾ ਹੋਇਆ, ਹਾਂ ਅਤੇ ਬਸ ਸਾਡੇ ਕੋਲ ਵੀ ਵੇਟ ਨਹੀਂ ਹੋਇਆ ਗਿਆ, ਥੋੜ੍ਹੀ ਲੇਟ ਹੋ ਗਈ, ਵਰਨਾ ਹੁਣ ਅਸੀਂ ਇਹਨੂੰ ਰਫਾੜੇ ਪਾਉਣਾ ਨਹੀਂ ਆ, ਕੱਲ੍ਹ ਤਾਂ ਐਂ ਟਰੈਕਟਰ ਚਮਕਦਾ ਜਿਵੇਂ ਹੀਰਾ ਚਮਕਦਾ, ਅਤੇ ਅੱਜ ਸੂਰਤ ਹਾਲ ਵੇਖ ਲਓ ਵੀ ਕਿਵੇਂ ਖਰਾਬ ਹੋਈ ਪਈ ਹੈ, ਮੁੜ ਇਹ ਕੰਮ ਵੀ ਵਿੱਚੇ ਵਿੱਚ ਆਏ ਹੁੰਦੇ ਰਹਿੰਦੇ ਹਨ, ਆਹਦੇ ਲਈ ਕੋਸ਼ਿਸ਼ ਕਰਦਾ ਵੀ ਇਹ ਬਿਲਕੁਲ ਮੁਕੰਮਲ ਸਾਫ਼ ਹੋ ਜਾਵੇ। ਪਿੱਛੋਂ ਬੰਨਿਆ ਹੋਇਆ ਪੰਪ, ਪਿੱਛੋਂ ਇਹ ਲੱਥਾ ਹੈ ਅੱਗੇ, ਅੱਛਾ ਇਹ ਬਸ ਥੋੜ੍ਹਾ ਜਿਹਾ ਰੋਲਾ ਪੰਪ ਇਹ ਹੀ ਹੁੰਦਾ ਹੈ, ਇੱਥੇ ਬਸ ਇਹਦਾ ਪ੍ਰੈਸ਼ਰ ਕੋਈ ਨਹੀਂ ਹੈ, ਉਹਦੀ ਵਜ੍ਹਾ ਨਾਲ ਥੋੜ੍ਹਾ ਜਿਹਾ ਹੈ ਨਾ ਤਿਆਰ ਹੈ। ਆਦਾ ਵੀ ਚਾਚਾ ਨੂੰ ਰਿਹਾ, ਇਹਦੀਆਂ ਹੁਣ ਸਿੰਨੀ ਸਿੰਨੀ ਮਿੱਟੀ, ਅਗਰ ਹੁਣ ਆਪਾਂ ਲਾਹ ਲਈ ਤਾਂ ਕੰਮ ਸੁਆਦੀ ਹੋ ਜਾਂਦਾ, ਜੇ ਸੁੱਕ ਗਈ ਫਿਰ ਹੋ ਜਾਂਦਾ ਮੁਸ਼ਕਿਲ ਕੰਮ। ਹਾਂਜੀ ਜਨਾਬ ਵੈਲਕਮ ਬੈਕ ਹੋ ਗਿਆ ਜੀ, ਕੱਲ ਅਸੀਂ ਪਾਈ ਆਈ ਉਹਦੇ ਖਾਦ ਤੇ ਅੱਜ ਅਸੀਂ ਪਾਣ ਆਖਣੇ ਇਹਦੇ ਖਾਦ ਜਨਾਬ, ਅਤੇ ਅੱਜ ਇਹਨਾਂ ਨੂੰ ਵੀ ਪੈ ਜਾਣੀ ਹੈ, ਉਸ ਪਲਾਟਾਂ ਨੂੰ ਪੈ ਗਏ ਤਾਂ ਅੱਜ ਇਹ ਕਿੱਲਾ ਰਹਿ ਗਿਆ, ਤਾਂ ਅੱਜ ਇਹਨੂੰ ਚਾਚਾ ਨੂਰ ਪਾਣ ਆਇਆ ਖੜਾ ਖਾਦ, ਅਤੇ ਬਾਕੀ ਕੱਲ੍ਹ ਤੁਹਾਨੂੰ ਦਿਖਾਇਆ ਸੀ ਵੀ ਇਹ ਨਾਲੋ ਨਾਲ ਇਹ ਵੀ ਨਾਲ ਲੱਗ ਜਾਣਗੇ। ਆ ਹੁਣ ਸ਼ਾਮ ਦਾ ਨਜ਼ਾਰਾ, ਹੁਣ ਤੁਸੀਂ ਚੈੱਕ ਕਰੋ ਵੀ ਐਂ ਡੱਬੀ ਬਣੀ ਪਈ ਹੈ ਵੀ ਖਾਦ ਦੀ, ਅਤੇ ਚਾਚਾ ਨੂਰ ਦੀ ਖਾਦ ਕਤਨੀ ਮੈਂ ਤਾਂ ਫਿਰ ਤੁਹਾਨੂੰ ਦਿਖਾ ਰਿਹਾ, ਇਹ ਡਬਲ ਸ਼ਾਟ ਕਰਦਾ, ਠੀਕ ਹੈ ਨਾ।
ਤੇ ਕਿਉਂਕਿ ਹੁਣ ਅਗਰ ਇਹਨੂੰ ਖਾਦ ਨਾ ਨਾ ਗੱਤੀ ਤੇ ਇਹ ਫਿਰ ਆਉਂਦੇ ਨੂੰ ਸੁੱਕਣਾ ਸ਼ੁਰੂ ਹੋਇਆ ਖੜਾ ਹੈ। ਉਹ ਵੇਖੋ ਨਾ ਹੁਣ 2-4 ਦਿਨ ਹੋ ਗਏ ਲੇਟ ਖਾਦ ਹੋਈ ਖੜੀ ਸੀ। ਮੈਂ ਆਖਿਆ ਵੀ ਚਾਚੇ ਨੂਰ ਨੂੰ ਵੀ ਕੱਲ੍ਹ ਉਹਦੇ ਗੱਤੀ ਤਾਂ ਅੱਜ ਹੁਣ ਇੱਦੇ ਗੱਤ ਲਗੀ ਖਾਦ, ਕਿਉਂਕਿ ਚਾਚੇ ਨੂਰ ਨੂੰ ਥੋੜ੍ਹਾ ਕੰਮ ਜਿਹੀ ਆ ਤਾਂ ਉਹ ਉਹਦੇ ਵਗ ਗਿਆ ਅਤੇ ਅੱਜ ਫਿਰ ਅਸੀਂ ਆਖਿਆ ਵੀ ਚਲੋ ਇੱਦੇ ਗੱਤ ਲੈਂਦੇ ਹਾਂ ਖਾਦ ਜਨਾਬ। ਅਤੇ ਫਿਰ ਬਿਲਕੁਲ ਸ਼ਾਮ ਦਾ ਨਜ਼ਾਰਾ ਹੈ ਜਨਾਬ, ਅਤੇ ਮੈਂ ਆਖਿਆ ਵੀ ਅੱਜ ਖਾਦ ਗਤਨੀ ਗਤਨੀ ਆ ਜਾ। ਅੱਗੇ ਮੈਂ ਕਿੱਕ ਮਾਰੀ ਜਨਾਬ, ਆ ਸਕੂਟਰ ਆ ਮੇਰੇ ਛੋਟੇ ਬਾਈ ਦਾ ਮੇਰੇ ਕੋਲ, ਉਹ ਯਾ ਕਿੱਕ ਮਾਰੀ ਤੇ ਕਿੱਕ ਸਾਹਿਬ ਉਰੀ ਹੇਠਾਂ ਲੱਗੇ ਗਾਣਾ ਚੈੱਕ ਕਰ ਲਓ ਜੀ। ਉਹਨੇ ਫੁੱਲ ਰੋਕੀ ਸ਼ੋਕੀ ਬਣਾਇਆ ਹੋਇਆ ਅਤੇ ਉਹ ਯਾ ਕਿੱਕ ਮਾਰੀ, ਉਹ ਕਿੱਕ ਥੱਲੇ ਲੱਗੀ ਗਈ ਹੈ। ਅਤੇ ਮੁੜ ਤੁਹਾਨੂੰ ਪਤਾ ਵੀ ਜ਼ਿਮੀਦਾਰਾਂ ਦੇ ਸਕੂਟਰ ਇਵੇਂ ਹੀ ਹੁੰਦੇ ਹਨ, ਵੀ ਖਾਦ ਵੀ ਡੋਣੀ ਪਰਾਲੀ ਵੀ ਡੋਣੀ ਹੈ। ਅਤੇ ਮੁੜ ਤੁਹਾਨੂੰ ਪਤਾ ਵੀ ਜ਼ਿਮੀਦਾਰ ਵਿਚਾਰੇ ਗਰੀਬ ਹੁੰਦੇ ਹਨ, ਜਿਹੜੇ ਛੋਟੇ ਜ਼ਿਮੀਦਾਰ ਹੁੰਦੇ ਹਨ ਸਾਡੇ ਰੰਗੇ ਉਹ ਅਸਲੂ ਗਰੀਬ ਹੁੰਦੇ ਹਨ, ਠੀਕ ਹੈ। ਅਤੇ ਬਾਕੀ ਜਨਾਬ ਹੁਣ ਸਾਨੂੰ ਖਾਦ ਗੱਤ ਰਹੀ ਹੈ ਅਤੇ ਛਾੜ ਝਸ ਆਉਂਦੀ ਹੈ, ਕਿਉਂਕਿ ਇਹ ਆਹ ਕੱਲ੍ਹ ਕਿਤੇ ਬਿਜ਼ੀ ਆ ਤਾਂ ਮੈਂ ਆਖਿਆ ਵੀ ਜਿਹੜਾ ਨਾ ਅੱਜ ਵੀ ਬਿਜ਼ੀ ਆ, ਬਿਲਕੁਲ ਸ਼ਾਮ ਹੋ ਗਈ ਅਤੇ ਮੈਂ ਕਿਹਾ ਵੀ ਅੱਜ ਖਾਦ ਜਿਹੜੀ ਹੈ ਨਾ ਕਿਸੇ ਹੋਰ ਕੋਲ ਨਹੀਂ ਕਤਵਾਉਣੀ। ਇੱਕ ਦਿਨ ਵੇਟ ਕੀਤਾ ਸਿਰਫ ਇਹਦੇ ਮਗਰ, ਹੋਰ ਖਾਦ ਸਾਡੀ ਸਾਰੀ ਇਕੱਠੀ ਆਈ ਆਈ, ਮੈਂ ਇਹਦੇ ਮਗਰ ਵੇਟ ਕੀਤਾ ਵੀ ਖਾਦ ਜਿਹੜੀ ਹੈ ਨਾ ਇੱਕ ਵਾਰੀ ਆਪਾਂ ਗਤਨੀ ਹੈ, ਠੀਕ ਹੈ। ਅਤੇ ਇਹ ਹੁਣ ਕਿਉਂਕਿ ਇਹਨੂੰ ਹਿਸਾਬ ਕਿਤਾਬ ਦਾ ਪਤਾ ਹੈ, ਡਬਲ ਛਾੜ ਦਿੰਦਾ ਕਿ ਕਿਉਂ ਨਾ ਅੱਜ ਖਾਦ ਵੀ ਗੱਤ ਲਵੀਏ ਅਤੇ ਆਪਣੇ ਵਲੌਗ ਦਾ ਵੀ ਐਂਡ ਕਰ ਲਵੀਏ। ਅਤੇ ਟਰੈਕਟਰ ਨੂੰ ਦੋ ਦੋ ਕੇ ਬਸ ਹੋ ਗਈ, ਅੱਗੇ ਦੋਤਾ ਹੈ ਅਤੇ ਅੱਜ ਹੁਣ ਜਿਹੜਾ ਨਾ ਵੱਲੇ ਸਾਡੀ ਕਣਕ ਨੂੰ ਜਿਹੜਾ ਨਾ ਰੈਪਰ ਲੱਗਣੀ, ਤੁਹਾਨੂੰ ਉਹ ਵੀ ਨਜ਼ਾਰੇ ਦਿਖਾਵਾਂਗੇ ਅਤੇ ਨਾਲ ਨਾਲ ਰਹਿਣਾ ਸਾਰੇ ਵਲੌਗਾਂ ਨੂੰ ਇੰਜੋਏ ਕੀਤਾ ਕਰੋ ਅਤੇ ਨਾਲ ਸਬਸਕ੍ਰਾਈਬ ਵੀ ਕੀਤਾ ਕਰੋ ਅਤੇ ਨਾਲ ਸ਼ੇਅਰ ਵੀ ਕੀਤਾ ਕਰੋ, ਗਰੁੱਪਾਂ 'ਚ ਸ਼ੇਅਰ ਕੀਤਾ ਕਰੋ ਵੀ ਤੁਹਾਡਾ ਵਿਰਾਹ ਜਲਦੀ ਜਲਦੀ ਵਾਇਰਲ ਹੋ ਜਾਵੇ ਜਨਾਬ। ਅਤੇ ਸ਼ਾਮ ਦਾ ਨਜ਼ਾਰਾ ਤੁਸੀਂ ਚੈੱਕ ਕਰ ਲਓ ਵੀ ਕੀ ਨਜ਼ਾਰਾ ਸਰਕਾਰ, ਹੈਂ ਚਾਹ ਸੁਣਾ ਆਵੇ ਤਾਂ ਪੈਸੇ ਵਾਪਸ ਜਨਾਬ। ਅਸੀਂ ਜੀ ਮੁਹੰਮਦ ਪਨਾਹ ਦੇ ਮੇਲੇ 'ਤੇ ਸਰਕਸ ਵੜ ਗਏ 500-500 ਰੁਪਈਆ ਦੇ ਕੇ, ਜੀ ਸਿਲੰਦਰ ਵੜੇ ਉਹਨਾਂ 2-3 ਜਾਦੂ ਕੀਤੇ ਉਹਨਾਂ ਕੇ ਬਾਹਰ ਜਾਓ ਮੈਂ ਲੈ ਵੀ ਹੈਂ ਇਹ ਤਾਂ ਆਪਾਂ ਇੱਥੇ ਵੀ ਨਹੀਂ ਆਖ ਸਕਦੇ ਹਾਂ ਵੀ ਚਾਹ ਸੁਣਾਵੇ ਤਾਂ ਪੈਸੇ ਵਾਪਸ। ਉਹਨਾਂ ਪੈਸੇ ਇੱਕ ਸ਼ੋਅ ਦੇ 20-20 ਲੱਖ ਰੁਪਈਆ ਕਮਾਉਂਦੇ ਪੈਣ, ਅੰਦਰ ਸ਼ਾਇਦ ਕੋਈ ਨਹੀਂ, ਸਰਕਸ ਤਾਂ ਕਦੇ ਵੀ ਨਾ ਜਾਓ ਨਹੀਂ ਤਾਂ ਧੱਕੇ ਨੇ। ਬਾਕੀ ਲਵ ਹੀ ਹੋ ਗਿਆ, ਆਪਣੇ ਬਾਰੀਆਂ ਦਾ ਇਜਾਜ਼ਤ, ਅੱਲਾ ਨੇ ਕੇ ਬਾਨ, ਅੱਲਾ ਹਾਫਿਜ਼।